ਉਦਾਂ ਤਾਂ ਬਾਪੂ ਤੇਰਾ ਇੰਟਰਵਿਊ 'ਚ ਕਹਿੰਦਾ ਅਸੀਂ ਕਿਸੇ ਦੇ ਕੁੱਤੀ 'ਚ ਸੁੱਟੀ ਨਹੀਂ ਮਾਰੀ, ਕਦੀ ਕੁਛ ਨਹੀਂ ਕੀਤਾ, ਕਦੀ ਕੁਛ ਨਹੀਂ ਕੀਤਾ। ਪਰ ਜਿਹੜਾ ਤੇਰਾ ਨਵਾਂ ਡੈਡੀ ਆ, ਕਹਿੰਦਾ ਇੱਦਾਂ ਜਿੱਦਾਂ ਪਿੰਡੇ ਹੁੰਦੇ ਆ। ਉਸਤਾਦ ਵੀ ਪਿੰਡ ਹੀ ਹੁੰਦਾ, ਖੰਟ ਦਾ ਵੀ ਸਾਰਿਆਂ ਨੂੰ ਪਤਾ ਪਿੰਡ ਹੀ ਹੁੰਦਾ, ਜਾਂ ਜਿੱਥੇ ਉਹਨੇ ਬਣਾਇਆ ਡੇਰਾ ਉੱਥੇ ਹੁੰਦਾ। ਸਾਲੇ ਆਪਣੇ ਕੁਐਸਚਨ ਹੁੰਦੇ ਆ, ਆਪਣੇ ਆਂਸਰ ਹੁੰਦੇ ਆ, ਇੰਟਰਵਿਊ ਦੇਈ ਜਾਂਦੇ ਆ ਬਿਨਾਂ ਪ੍ਰਮੋਸ਼ਨਾਂ ਤੋਂ, ਬਿਨਾਂ ਆਹ ਫੇਕ ਵੀਡੀਓ ਤੋਂ। ਫਿਰ ਦੇਖੋ, ਫਿਰ ਪਤਾ ਲੱਗਦਾ ਕੌਣ ਟ੍ਰੈਂਡਿੰਗ 'ਚ। ਤੁਹਾਡੇ ਉਸਤਾਦ ਵਾਂਗੂ ਲਾਂਕਿਆ ਮੋਹਣਿਆਂ ਦੇ, ਹੈਨਾ ਸਾਲਾ ਜਿੱਦਾਂ ਕੁੱਟ ਕੇ ਬਿਠਾਇਆ ਹੁੰਦਾ, ਕੁੱਟ ਕੇ ਬਿਠਾਇਆ ਨਾ ਬੱਬੂ ਮਾਂ ਨੂੰ ਮਾੜਾ, ਤੈਨੂੰ ਕੁੱਟ ਕੇ ਬੁਲਵਾਇਆ ਨਾ ਦੇਤੋਂ। ਹੋਰ ਕਿਵੇਂ ਵੀਰੇ, ਕਿਆਮ ਆ ਸਾਰੇ? ਤਾਂ ਮੈਂ ਗੱਲ ਆਪਣੀ ਕਰਨੀ ਸੀ, ਜਿਹੜਾ 2-4 ਦਿਨਾਂ ਦਾ ਬਹੁਤ ਜ਼ਿਆਦਾ ਇੰਟਰਨੈਟ 'ਤੇ ਰੌਲਾ ਪੈ ਰਿਹਾ। ਬੰਦਾ ਉਸਤਾਦ ਬੜੀਆਂ ਸਕੀਮਾਂ ਲਾ ਰਿਹਾ ਬੰਦਿਆਂ 'ਤੇ, ਕੋਈ ਨਾ ਕੋਈ ਕੌਂਟਰਵਰਸੀ ਛੇੜ ਕੇ ਬੈਠੇ ਰਹਿੰਦੇ ਆ ਤੀਜੇ ਚੌਥੇ ਦਿਨ, ਨਾ ਸਾਡੇ ਵਰਗਿਆਂ ਦਾ ਲੱਗ ਜਾਂਦਾ। ਜਿਹੜੀ ਫੋਨ ਕਰਾਉਣ ਦੀ ਵੀਰੇ ਅਸਲੀ ਗੱਲ ਆ ਨਾ, ਕਹੀ ਜਾਂਦਾ ਫੋਨ ਕਰਾਇਆ, ਪਤਾ ਨਹੀਂ ਕਿਹਨੇ ਮਾਹਨ ਦਾ ਨਾਂ ਲਾਈ ਜਾਂਦੇ ਉਸਤਾਦ ਦਾ, ਕਹਿੰਦੇ ਫੋਨ ਕਰਾਇਆ, ਪਤਾ ਨਹੀਂ ਕੀ ਕੀਤਾ ਕੀ ਕੀਤਾ। ਸਾਲਾ ਫੋਨ 15 ਦਿਨ ਹੋ ਗਿਆ ਫੋਨ ਇਹ ਮੈਨੂੰ ਕਰਾਈ ਜਾਂਦੇ ਆ, ਧਮਕੀਆਂ ਦੇਈ ਜਾਂਦੇ ਆ, ਕਦੀ ਕੁਛ ਕਰੀ ਜਾਂਦੇ ਆ, ਜਾਂ ਤੂੰ ਮਾਰ ਦੇਣਾ, ਐਂ ਕਰ ਦੇਣਾ। ਕਹਿੰਦਾ ਪ੍ਰੈਸ਼ਰ ਪਾਉਂਦੇ ਆ ਨਵਿਆਂ ਬੰਦਿਆਂ 'ਤੇ। ਸਾਲਾ ਪ੍ਰੈਸ਼ਰ ਨਵਿਆਂ ਬੰਦਿਆਂ 'ਤੇ ਤੂੰ ਪਾਉਣਾ, ਤੈਨੂੰ ਪਤਾ ਨਾ ਗੱਲ ਪੂਰਾ ਨਹੀਂ ਬਣਾ ਬਣਾ ਕੇ ਕਰੀ ਜਾਂਦਾ। ਫਿਰ ਪ੍ਰੈਸ਼ਰ ਪਾਉਂਦਾ ਉਸਤਾਦ, ਉਸਤਾਦ ਕਿਤੇ ਪ੍ਰੈਸ਼ਰ ਪਾਉਂਦਾ, ਸਾਰਿਆਂ ਨੂੰ ਪਤਾ ਦੇ। ਨਾ ਕੋਈ ਕੌਂਟਰੋਵਰਸੀ ਕਰਦਾ, ਨਾ ਕੋਈ ਵਾਸਤਾ, ਨਾ ਕਦੀ ਉਹ ਕਿਸੇ ਸ਼ੋਅ 'ਤੇ ਆਉਂਦਾ, ਨਾ ਕਦੀ ਮਿਊਜ਼ਿਕ ਅਵਾਰਡ 'ਚ ਆਉਂਦਾ, ਕਿਹਦੇ ਨਾਲ ਕੌਂਟਰੋਵਰਸੀ ਕਰਦਾ, ਉਹ ਸੱਚੀਆਂ ਗੱਲਾਂ ਲਿਖਦਾ। ਤੁਹਾਡੇ ਨਾਲ ਹੀ ਕੌਂਟਰੋਵਰਸੀ ਕਰਨੀ ਆ, ਭੈਣ 'ਚ ਤੁਸੀਂ ਰਹਿ ਗਿਆ ਇੱਕ, ਤੁਸੀਂ ਰਹਿ ਗਿਆ ਹਰੇਕ ਨਾਲ ਕੌਂਟਰੋਵਰਸੀ ਕਰਨੀ। ਕੋਈ ਚੱਕਰ ਨਹੀਂ। ਅਤੇ ਜਿਹੜੇ ਫੋਨ ਤੂੰ ਕਰਾ ਰਿਹਾ ਸੀ, ਜਿਹੜਾ ਉੱਦਾਂ ਤਾਂ ਬਾਪੂ ਤੇਰਾ ਇੰਟਰਵਿਊ 'ਚ ਕਹਿੰਦਾ ਅਸੀਂ ਕਿਸੇ ਦੇ ਕੁੱਤੀ 'ਤੇ ਸੁੱਟੀ ਨਹੀਂ ਮਾਰੀ, ਕਦੀ ਕੁਛ ਨਹੀਂ ਕੀਤਾ। ਪਰ ਜਿਹੜਾ ਤੇਰਾ ਨਵਾਂ ਡੈਡੀ ਆ, ਜਿਹੜਾ ਵਾਰ ਵਾਰ ਮੈਨੂੰ ਫੋਨ ਕਰਦਾ ਜਾਂ ਮੈਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੈਨੂੰ ਪਤਾ ਹੈ ਨਾ ਨਵਾਂ ਡੈਡੀ ਤੇਰਾ, ਜਿਸ ਤੋਂ ਤੂੰ ਵਾਰ ਵਾਰ ਫੋਨ ਕਰਾਉਂਦਾ ਮੈਨੂੰ ਜਾਂ ਮੇਰੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆ, ਮੈਂ ਨਹੀਂ ਰੁਕਦਾ। ਦੇਖ ਲਓ, ਰੋਕ ਕੇ ਜਿੱਦਾਂ ਮਰਜ਼ੀ ਟਰਾਈ ਕਰ ਲਓ, ਇੱਦਾਂ ਹੀ ਚੱਲਾਂਗੇ ਜਿੱਦਾਂ ਚੱਲਦੇ ਹਾਂ। ਕਹਿੰਦਾ ਇੱਦਾਂ ਜਿੱਦਾਂ ਪਿੰਡੇ ਹੁੰਦੇ ਆ। ਉਸਤਾਦ ਵੀ ਪਿੰਡ ਹੀ ਹੁੰਦਾ, ਖੰਟ ਦਾ ਵੀ ਸਾਰਿਆਂ ਨੂੰ ਪਤਾ ਪਿੰਡ ਹੀ ਹੁੰਦਾ, ਜਾਂ ਜਿੱਥੇ ਉਹਨੇ ਬਣਾਇਆ ਡੇਰਾ ਉੱਥੇ ਹੁੰਦਾ, ਉੱਥੇ ਨਹੀਂ ਜਾ ਹੁੰਦਾ, ਉੱਥੇ ਜਾ ਕੇ ਗੱਲ ਕਰ ਲਾ ਹੁੰਦਾ ਨਾ, ਨਾਲੇ ਤੈਨੂੰ ਫਿਰ ਪਤਾ ਲੱਗ ਜੂ। ਸਾਰੇ ਲਾਈਵ 'ਚ ਘਬਰਾ ਆ ਜਾਂ ਬਾਹਲਾ ਹੀ ਸੀ ਤੂੰ, ਮੈਨੂੰ ਪਤਾ ਬੰਦੇ ਤੈਨੂੰ ਬਈ ਮੈਂ ਸਾਰਿਆਂ ਨੂੰ ਤੁਹਾਨੂੰ ਦੱਸਦਾ, 15 ਕੁ ਦਿਨ ਹੋ ਗਿਆ ਜਿੱਦਾਂ ਦਾ ਆਪਣਾ ਟੂਪਾਕ ਗਾਣਾ ਆਇਆ। ਸਾਲੀ ਹਰ 6 ਘੰਟੇ ਇਹਨਾਂ ਦੀ ਧਮਕੀ ਆ ਜਾਂਦੀ ਆ, ਐਂ ਕਰ ਦੇਣਾ, ਛਾਣਨੀ ਬਣਾ ਦੇਣਾ, ਐਂ ਕਰ ਦੇਣਾ। ਇਹਦਾ ਜਿਹੜਾ ਨਵਾਂ ਬੁੜਾ ਆ, ਇੱਕ ਬੁੜਾ ਤਾਂ ਸਾਰੀ ਦੁਨੀਆਂ ਨੂੰ ਪਤਾ, ਇੱਕ ਹੋਰ ਬੁੜਾ ਇਹਦਾ, ਉਹ 30 ਕੁ ਦਿਨ ਛਾਣਨੀ ਬਣਾ ਦੇਣਾ, ਐਂ ਕਰ ਦੇਣਾ, ਕਦੀ ਕਿਸੇ ਬੰਦੇ ਨੂੰ ਫੋਨ ਮਾਰ ਦਿੰਦੇ, ਕਦੀ ਕਿਸੇ ਨੂੰ ਫੋਨ ਮਾਰ ਦਿੰਦੇ। ਭੈਣ ਜੀ ਸਸਕੈਚਵਨ ਰਹਿੰਦੇ ਹਾਂ, ਸਾਰੀ ਦੁਨੀਆਂ ਨੂੰ ਪਤਾ ਕਿੱਥੇ ਰਹਿੰਦੇ ਹਾਂ, ਤੁਹਾਨੂੰ ਨਹੀਂ ਪਤਾ ਲੱਗਦਾ ਘਰ ਕਿੱਥੇ ਆ, ਆ ਜਾਓ ਇੱਥੇ, ਨਾਲੇ ਸਾਰਾ ਪ੍ਰੈਸ਼ਰ ਪਾਉਂਦੇ ਹਾਂ ਆਪ ਨਵੇਂ ਬੰਦੇ 'ਤੇ, ਅਤੇ ਉਹ ਦੂਏ ਬੰਦੇ 'ਤੇ ਇਲਜ਼ਾਮ ਲਾਈ ਜਾਂਦੇ ਹਾਂ ਵੀ ਅਗਲੇ ਨੇ ਪ੍ਰੈਸ਼ਰ ਪਾਇਆ ਹੈ ਨਾ। ਬੱਬੂ ਮਾਨ ਕਿਹਨੂੰ ਕਹਿੰਦਾ, ਤੈਨੂੰ ਬੋਲਿਆ ਗਾਣਾ ਬਣਾ ਕੇ ਕੋਈ ਵੀ ਕਿਸੇ ਨੂੰ ਕੁਛ ਵੀ ਕਹਿ ਸਕਦਾ, ਤੂੰ ਵੀ ਗਾਣੇ ਬਣਾਉਣਾ ਹੀ ਆ, ਬਾਕੀ ਦੁਨੀਆ ਵੀ ਸਾਰੀ ਗਾਣੇ ਬਣਾਉਂਦੀ ਆ, ਲਾ ਕੇ ਬਣਾਉਂਦੇ ਆ, ਗਾਣਾ ਦੇ ਵਿੱਚ ਜੋ ਮਰਜ਼ੀ ਕਹਿ ਦਾ ਤੂੰ ਸੜਿਆ। ਚੱਲ ਮੈਂ ਵੀ ਲਾਈਵ ਆਉਣੋਂ ਹਟਿਆ ਸੀ, ਥੋੜ੍ਹਾ ਚਿਰ ਹੋ ਗਿਆ, ਮੈਂ ਵੀ ਹੁਣ ਦੁਬਾਰਾ ਫਿਰ ਲਾਈਵ ਆਉਣ ਲੱਗਾ, ਕੋਈ ਚੱਕਰ ਨਹੀਂ ਆ ਆਪਣੇ ਭੈਣ। ਇੱਕ ਹੋਰ ਮੈਂ ਤੁਹਾਨੂੰ ਬਾਈ ਸਾਰਿਆਂ ਨੂੰ ਗੱਲ ਦੱਸਦਾ, ਜਿਹੜੀ ਆ ਇੰਟਰਵਿਊ ਕਰਦੇ ਆ ਉਹ ਕੁੜੀ ਦੇ, ਮੈਨੂੰ ਵੀ ਉਹਦੇ ਮੈਸੇਜ ਆਏ ਇੰਟਰਵਿਊ ਵਾਲੀ ਦੇ। ਉਹ ਕਹਿੰਦੀ ਵੀ ਕੁਐਸਚਨ ਪਹਿਲਾਂ ਦੱਸ ਦਿੰਦੇ ਆ ਤੁਹਾਨੂੰ ਸਾਰੇ, ਜਿਹੜੇ ਇੰਟਰਵਿਊ ਲੈਣੀ ਆ ਯਾਰ, ਆਪਾਂ ਇੱਦਾਂ ਦੇ ਫੇਕ ਮੀਡੀਆ ਨਾਲ ਨਹੀਂ ਇੰਟਰਵਿਊ ਕਰਦੇ। ਮੈਂ ਇੰਗਲੈਂਡ ਗਿਆ, 2 ਵਾਰੀ ਇੰਟਰਵਿਊ ਕੀਤੀ ਆ ਉੱਥੇ, ਇੰਗਲੈਂਡ ਦਾ ਸਾਡਾ ਮੀਡੀਆ ਵਧੀਆ ਲੱਗਦਾ, ਸੱਚ ਬੋਲਦੇ ਆ, ਸੱਚ ਦੱਸਦੇ ਆ, ਕਦੀ ਉਹਨਾਂ ਨੇ ਇੱਦਾਂ ਦੇ ਚਲਾਕੀ ਨਹੀਂ ਕੀਤੀ, ਕੁਛ ਨਹੀਂ ਕੀਤੀ। ਸਾਲੇ ਆਪਣੇ ਕੁਐਸਚਨ ਹੁੰਦੇ ਆ, ਆਪਣੇ ਆਂਸਰ ਹੁੰਦੇ ਆ, ਇੰਟਰਵਿਊ ਦੇਈ ਜਾਂਦੇ ਆ,
ਗੱਲਾਂ ਬਣਾ ਬਣਾ ਕੇ ਆਪਣੇ ਕੋਲੋਂ ਨਜ਼ਾਰੇ ਲੈਂਦੇ ਆ, ਜੋ ਸਲਾ ਮੈਨੂਪਲੇਟ ਕਰਦੇ ਆ ਆਡੀਅੰਸ ਨੂੰ ਵੀ, ਸਾਰਿਆਂ ਨੂੰ, ਹੋਰ ਆਲਾ ਦੁਆਲਾ ਸਾਰਾ ਕੁਛ ਮੈਨੂਪਲੇਟ ਕਰਕੇ ਰੱਖਿਆ ਆ। ਕੋਈ ਚੱਕਰ ਨਹੀਂ, ਇੱਥੇ ਗਾਲਾਂ ਕੱਢ ਸਕਦੇ ਹਾਂ ਤੁਸੀਂ, ਕੋਈ ਚੱਕਰ ਨਹੀਂ, ਇੱਥੇ ਜਿਹੜਾ ਮਰਜ਼ੀ ਕੱਢੀ ਜਾਓ ਗਾਲਾਂ, ਸਾਹਮਣੇ ਆ ਕੇ ਟੱਕਰੋ ਮਿੱਤਰੋ। ਹੋਰ ਵੀ ਮਿੱਤਰੋ ਸਾਰੇ ਕਾਇਮ ਆ, ਗਾਣਾ ਸੁਣਾਈਏ ਤੁਹਾਨੂੰ ਨਵਾਂ। ਜਿੱਦਾਂ ਕਹਿੰਦਾ ਤੁਹਾਨੂੰ ਵੀ ਬੱਬੂ ਮਾਨ ਨੂੰ ਗੋਡਫਾਦਰ ਮੰਨਦੇ, ਗੋਡਫਾਦਰ ਨਹੀਂ ਮੰਨਦੇ, ਰਿਸਪੈਕਟ ਆ। ਜਿੱਦਾਂ ਜਸਪਿੰਦਰ ਬਰਾੜ ਨੂੰ ਤੂੰ ਗੋਡ ਮਦਰ ਮੰਨਦਾ ਆ, ਗੋਡ ਮਦਰ ਮੰਨਦਾ ਆ ਕਿ ਰਿਸਪੈਕਟ ਆ, ਇੱਦਾਂ ਬੱਬੂ ਮਾਨ ਬਹੁਤ ਸੋਸ਼ਲ ਮੀਡੀਆ ਤੋਂ ਪਹਿਲਾਂ, ਜਦੋਂ ਸੋਸ਼ਲ ਮੀਡੀਆ ਸ਼ੁਰੂ ਨਹੀਂ ਸੀ ਹੋਇਆ ਨਾ, ਸਲਾ ਮਿੱਤਰਾਂ ਦੀ ਛਤਰੀ ਗਾਣਾ 2.5 ਸਾਲ ਨੰਬਰ 1 'ਤੇ ਰਿਹਾ ਸੀ ਸੋਸ਼ਲ ਮੀਡੀਆ ਤੋਂ ਪਹਿਲਾਂ, ਗਾਣੇ ਇੱਦਾਂ ਇੱਦਾਂ ਦੇ ਸੁਪਰ ਡੁਪਰ ਹਿੱਟ ਦਿੱਤੇ ਆ। ਕਿਹੜੀਆਂ ਗੱਲਾਂ ਕਰੀ ਜਾਂਦਾ, ਕਿੱਥੇ ਭੱਜਿਆ ਫਿਰਦਾ, ਆਹਦੇ ਮੈਂ ਤੇਰੇ ਪਿੱਛੇ ਆ ਰਿਹਾ, ਮੇਰੇ ਤੋਂ ਤੂੰ ਅੱਗੇ ਨੂੰ ਭੱਜਿਆ ਜਾਂਦਾ, ਸਾਡੀ ਗੱਲ ਦਾ ਜਵਾਬ ਦੇ, ਕਿਸੇ ਦਾ ਟੂ ਪਾਕ ਸੁਣਿਆ ਨਹੀਂ। ਉਹ ਮਾਮਾ ਜਨਾਨੀ ਤੇਰੀ ਵੇਟ ਕਰੀ ਜਾਂਦੀ ਆ, ਮੈਂ ਬੁੱਢੀ ਥੋੜ੍ਹੀ ਨਾ ਮਾਂ ਦੀ ਉਮਰ ਦੀ ਨਾਲ ਵਿਆਹ ਕਰਾ ਕੇ ਚੱਲ ਗਿਆ, ਇੰਡੀਆ ਨੂੰ ਭੱਜ ਗਿਆ, ਉਹਨੂੰ ਵੀ ਸਾਗ ਤਾਦੇ ਹੁਣ ਇੱਥੇ ਆ ਕੇ। ਮੈਂ ਗਾਣਾ ਬਣਾਇਆ, ਤੂੰ ਕਹਿੰਦਾ ਸੀ ਮੂਵੀ ਆਊਗੀ, ਮੈਂ ਗਾਣਾ ਬਣਾਇਆ, ਗਾਣਾ ਕੱਢਣਾ ਮੂਵੀ ਵਿੱਚ, ਕਿਹੜੀ ਮੂਵੀ ਆ, ਕਦੋਂ ਨੂੰ ਆਉਣੀ ਆ। ਕਦੋਂ ਨੂੰ ਆਉਣੀ ਆ ਮੂਵੀ ਦੱਸਣਾ ਨਹੀਂ, ਮੇਰੀ ਗੱਲ ਦਾ ਜਵਾਬ ਦੇ, ਫਿਰ ਮੈਂ ਤੈਨੂੰ ਦੱਸਦਾ। ਹੋਰ ਨਾ ਜਵਾਕ ਜਵੂਕ ਪਿੱਛੇ ਲਾਈ ਆ ਕਰ, ਮੇਰੀ ਗੱਲ ਦਾ ਆਪ ਜਵਾਬ ਦੇ। 2018 'ਚ ਜਦੋਂ ਰਨ ਕਰਦੇ ਮੇਰਾ ਗਾਣਾ ਆਇਆ, ਬਾਈ ਮੈਂ ਫੈਨਸ ਨੂੰ ਦੱਸਦਾ ਸਾਰਿਆਂ ਨੂੰ, 2018 'ਚ ਜਦੋਂ ਮੇਰਾ ਰਨ ਕਰਦੇ ਗਾਣਾ ਆਇਆ ਨਾ, ਪਹਿਲਾ ਗਾਣਾ ਮੇਰਾ ਹਿੱਟ ਹੋਇਆ, ਉਹ ਜਿੱਦਾਂ ਗਾਣਾ ਕਨੇਡਾ 'ਚ ਕਾਫੀ ਚੱਲਿਆ, ਪੁਰਾਣੇ ਫੈਨਸ ਨੂੰ ਪਤਾ ਸਾਰਾ। ਇੱਕ ਤਾਂ ਹੈ ਨਾ, ਆਪਾਂ ਨੂੰ ਪਹਿਲਾਂ ਜਵਾਬ ਦੇਣੋਂ ਹਟ ਗਏ ਸੀ ਸਾਡੇ ਮੈਸੀਆਂ ਦਾ, ਬੀਬਾ ਬੋਇਜ਼ ਇਹਨਾਂ ਦੀ ਬੀਟ 'ਤੇ ਗਾਣਾ ਬਣਾਇਆ ਸੀ, ਮੈਸੀਆਂ ਦਾ ਜਵਾਬ ਦੇਣੋਂ ਹਟਿਓ ਸੀ। ਫਿਰ ਸਾਡਾ ਰਨ ਕਰਦੇ ਗਾਣਾ ਇੱਕ ਹੈ ਨਾ ਆਪਣਾ ਚੱਲਿਆ ਪਹਿਲਾ ਗਾਣਾ, ਅਤੇ ਇਹਨਾਂ ਨੇ ਜਿਹੜਾ ਸਾਡੇ ਨਾਲ ਦਾ ਬੰਦਾ ਸਿੰਘ ਮਾਲ, ਉਹਨੂੰ ਮੈਸੇਜ ਕੀਤਾ ਵੀ ਟਰਾਂਟੋ ਆ ਜਾ, ਵੀ ਇੱਥੇ ਗਾਣੇ ਬਣਾਉਂਦੇ ਆਪਾਂ। ਵੀ ਯਾਰ ਸਾਡੇ ਤੁਸੀਂ ਮੈਸਿਆਂ ਦਾ ਜਵਾਬ ਦੇਣੋਂ ਹਟ ਗਿਆ, ਸਾਡੇ ਨਾਲ ਆਲਰੇਡੀ ਕੰਮ ਕਰ ਰਹੇ ਸੀ, ਅਤੇ ਤੁਸੀਂ ਦੂਏ ਬੰਦੇ ਨੂੰ ਕਹੀ ਜਾਂਦੇ ਇੱਥੇ ਆ ਜਾਓ, ਚਲਾਕ ਬਣਦੇ ਬਰੋ, ਚਲਾਕ ਬਣਦੇ, ਹੁਸ਼ਿਆਰ ਬਣਦੇ ਆ, ਸਿਆਣੇ ਬਣਦੇ ਆ। ਸਾਰੇ ਪਿਛਲੇ ਸਾਲ ਟੱਪਦੇ ਫਿਰਦੇ ਸੀ, ਥਾਪੀਆਂ ਮਾਰਦੇ ਸੀ, ਇਹ ਵੋ ਐਟ ਦ ਟੋਪ, ਐਟ ਦ ਟੋਪ, ਨਕਲੀ ਵਿਊ ਲੈ ਕੇ ਸਾਲਾ ਕਾਹਦਾ ਐਟ ਦ ਟੋਪ, ਹੈਂ ਸਾਲਾ ਯਮਨ 'ਚ, ਇਰਾਨ 'ਚ ਗਾਣੇ ਟ੍ਰੈਂਡਿੰਗ 'ਚ ਆਈ ਜਾਂਦੇ ਆ, ਸਾਲਾ ਜਿੱਥੇ ਕੋਈ ਸੁਣਦਾ ਵੀ ਨਹੀਂ, ਜਿੱਥੇ ਕੋਈ ਆਪਣਾ ਬੰਦਾ ਰਹਿੰਦਾ ਵੀ ਨਹੀਂ, ਬਿਨਾਂ ਪ੍ਰਮੋਸ਼ਨਾਂ ਤੋਂ, ਬਿਨਾਂ ਆਹ ਫੇਕ ਵਿਊਆਂ ਤੋਂ, ਫਿਰ ਦੇਖੋ ਫਿਰ ਪਤਾ ਲੱਗਦਾ ਕੌਣ ਟ੍ਰੈਂਡਿੰਗ 'ਚ, ਫਿਰ ਪਤਾ ਲੱਗਦਾ ਕੌਣ ਟ੍ਰੈਂਡਿੰਗ 'ਚ। ਹਜ਼ਾਰ ਲੱਖ ਵੀ ਬਣਾ ਲਈ ਟ੍ਰੈਂਡਿੰਗ 'ਚ ਚਾਹੀਦਾ, ਮਿਲੀਅਨ ਨਹੀਂ ਚਾਹੀਦਾ। ਲੱਗੀ ਗੱਲ ਸਮਝ, ਮੈਂ ਵੀ ਹੁਣ ਆਹ ਦੇਖ ਬੋਲਿਆ ਇੱਥੇ, 10,000 ਬੰਦਾ 9,000 ਦੇਖ ਰਿਹਾ, ਮੇਰਾ ਵੀ ਹੁਣ ਜਵਾਬ ਲਿਖੀ, ਫਿਰ ਮੈਂ ਤੈਨੂੰ ਦੱਸੂੰਗਾ ਜਵਾਬ ਹੋਰ ਗੱਲਾਂ ਦਾ ਵੀ। ਜਿਹੜਾ ਬੰਦਾ ਬੋਲਦਾ ਹੀ ਨਹੀਂ, ਉਸਤਾਦ ਕਿਸੇ ਨੂੰ ਬੋਲਦਾ ਹੀ ਨਹੀਂ, ਕੁਛ ਕਹਿੰਦਾ ਹੀ ਨਹੀਂ, ਵਿਚਾਰਾ ਆਪਣੀ ਮਸਤੀ 'ਚ ਨਜ਼ਾਰੇ ਵਾਲੇ ਗਾਣੇ ਬਣਾਉਂਦਾ ਹੈ ਨਾ, ਇੰਨਾ ਚਿਰ ਹੋ ਗਿਆ ਉਹਨੂੰ ਬਣਾਉਂਦੇ ਨੂੰ, ਉਹਨੂੰ ਬੋਲੀ ਜਾਂਦਾ ਵੀ ਗੱਲਾਂ ਬਾਤ ਨੂੰ। ਮਾਲਟਨ ਨੂੰ ਬੋਲ, ਮਾਲਟਨ ਨੇ ਤੇਰੇ ਚਿੱਠੇ ਦੇਖ ਕਿੰਨੇ ਖੋਲ੍ਹੇ ਆ, ਦੱਸਿਆ ਕਿ ਨਹੀਂ ਇਕੱਲਾ ਇਕੱਲਾ ਸੰਤ, ਜਦੋਂ ਰਾਈਡ ਬੰਪੀ ਹੋਣ ਲੱਗਦੀ ਹੈ ਬੈਲਟ ਲਾ ਦਿੰਦਾ, ਉਹਦੀ ਗੱਲ ਦਾ ਜਵਾਬ ਦੇ, ਮੇਰੀ ਗੱਲ ਦਾ ਜਵਾਬ ਦੇ। ਜਿਹੜਾ ਮਤਲਬ ਤੈਨੂੰ ਨਹੀਂ ਜਵਾਬ ਦਿੰਦਾ ਉਹਨੂੰ ਕੱਲ ਹੀ ਬੋਲੀ ਜਾਂਦਾ, ਠੀਕ ਆ। ਹੋਰ ਬਾਈ ਕੋਈ ਚੱਕਰ ਨਹੀਂ, ਜੇ ਕਮੈਂਟ ਨਹੀਂ ਹੋਏ ਗਾਣਾ ਨਹੀਂ ਕਰਦੇ, ਅਸੀਂ ਕਿਹੜਾ ਤੁਹਾਡੇ ਵਾਂਗੂ ਨਕਲੀ ਕਰਾ ਲੈਣੇ ਆ, ਥੋੜ੍ਹੇ ਹੋ ਗਿਆ ਫਿਰ ਕੀ ਹੋ ਗਿਆ, ਸਾਨੂੰ ਨਹੀਂ ਫਰਕ ਪੈਂਦਾ, ਥੋੜ੍ਹੇ ਜ਼ਿਆਦਾ, ਅਸੀਂ ਤਾਂ ਇਹ ਕਿਹਾ ਸੀ ਇੰਨੇ ਕਰ ਦਿਉ, ਆਹ ਗਾਣਾ ਬਣਾ ਦਾਂਗੇ, ਜੇ ਨਹੀਂ ਹੋਏ ਤਾਂ ਵੀ ਬਣਾ ਦਾਂਗੇ, ਇੱਦਾਂ ਕੋਈ ਚੱਕਰ ਨਹੀਂ, ਅਸੀਂ ਪੈਸੇ ਦੇ ਕੇ ਨਹੀਂ ਕਰਾ ਲੈਣੇ ਤੁਹਾਡੇ ਵਾਂਗੂ, ਟੱਪੀ ਜਾਂਦੇ ਸਲਾਏ। ਸਹੀ ਗੱਲ, ਫੋਨ ਫਾਨ ਕਰਾਉਣੇ ਬੰਦ ਕਰ ਉਸਤਾਦ, ਫੋਨ ਫਾਨ ਕਰਾਉਣੇ ਬੰਦ ਕਰ, ਇਹ ਕਰਨ ਔਜਲੇ ਦੇ ਘਰ ਦੀਆਂ ਕੰਧਾਂ ਨਹੀਂ ਆ, ਇੱਥੇ ਗੋਲੀਆਂ ਮਾਰ ਕੇ ਵਾਪਸ ਭੱਜ ਜੂਗੇ, ਮੁੜ ਜੂਗੇ, ਹੈ ਨਾ, ਠੀਕ ਹੈ ਨਾ। ਫੌਜੀਆਂ ਵਾਂਗੂ ਜਿੱਦਾਂ ਆਰਮੀ ਵਾਲੇ ਹੁੰਦੇ ਇੱਦਾਂ ਰਹਿੰਦੇ ਸੀ ਮੰਡੀਰ ਰਲ ਕੇ, ਅੱਗੀ ਗੱਲ ਸਮਝ, ਇੱਥੋਂ ਨਹੀਂ ਮੁੜਦੇ ਸੀ ਵਾਪਸ, ਬੰਦਿਆਂ ਵਾਲੇ ਕੰਮ ਕਰੋ, ਬੰਦਿਆਂ ਵਾਲੇ ਕੰਮ ਕਰੋ, ਜਿਹੜਾ ਕੰਮ ਕਰਦੇ ਗਾਓ ਵਜਾਓ, ਨਜ਼ਾਰੇ ਲਓ ਜ਼ਿੰਦਗੀ ਦੇ, ਬਦਮਾਸ਼ੀਆਂ 'ਚ ਨਾ। ਹਲੇ ਮੈਂ ਆਪਣੀ ਕਲਮ ਨੂੰ ਵਰਜਿਕਦਾ ਰੋਕਦਾ,
ਗਲਤ ਲਿਖਣ ਤੋਂ ਰੋਕਦਾ ਬਾਈ, ਗਲਤ ਲਿਖਣ ਤੋਂ ਰੋਕਦਾ ਮੈਂ ਆਪਣੀ ਕਲਮ ਨੂੰ, ਆਪਣੀ ਮਰਜ਼ੀ 'ਤੇ ਮੈਂ ਜੇ ਗਾਣੇ ਬਣਾਉਣ ਲੱਗ ਪਿਆ ਨਾ ਔਖੇ ਹੋਊਂਗੇ ਫਿਰ। ਬਾਈ ਸਾਲੇ ਸਾਨੂੰ ਨਹੀਂ ਜਵਾਬ ਦਿੰਦੇ, ਹੋਰੇ ਪਾਸੇ ਪੰਗੇ ਲਈ ਜਾਂਦੇ ਗੱਲ ਨਾ ਬਾਤ ਨਾ। ਗਾਂਧੀ ਆ ਸਾਰੇ ਆ ਜਾ ਕੁੜੀ ਵਿਹੜੀ ਆ, ਤੂੰ ਕੁਆਰਾ ਹੀ ਆ, ਪੱਕਾ ਆ ਕੈਨੇਡਾ ਸਿਟੀਜ਼ਨ ਆ, ਲੈ ਲਾ ਸਾਰਾ ਟੱਬਰ ਇੱਥੇ ਆ ਜਾਊਂਗੇ, ਇੰਡੀਆ ਦਾ ਹੀ ਹੋਣਾ ਤੂੰ। ਉਹਦਾ ਕੋਈ ਨਹੀਂ ਯਾਰ ਮਾਲ, ਉਹਦਾ ਕੋਈ ਨਹੀਂ। ਹੋਰ ਬਾਈ ਕਿਆ ਮੈਂ ਸਾਰੇ ਬੰਦਿਆਂ ਨਾ ਕਰੋ ਯਾਰ ਜੋ ਇੰਟਰਨੈਟ 'ਤੇ ਦੇਖਦੇ ਆ, ਬੜਾ ਬੜਾ ਜ਼ਿਆਦਾ ਇਹਨਾਂ ਨੇ ਬੰਦਿਆਂ ਨੇ ਸੋਸ਼ਲ ਮੀਡੀਆ ਮੈਨੂਪਲੇਟ ਕੀਤਾ ਆ ਬਹੁਤ ਜ਼ਿਆਦਾ। ਰਿਜ਼ਲਟ ਇਹਨਾਂ ਦੇ ਆਪਣੇ ਕੰਟਰੋਲ ਆ ਬਾਈ, ਜੇ ਇਹ ਪਹਿਲਾਂ ਇਹ ਡਿਸਾਈਡ ਕਰ ਲੈਂਦੇ ਆ ਗਾਣੇ ਦੇ ਵਿਊ ਕਿੰਨੇ, ਇਹਦੇ ਕਿੰਨੇ ਕਰਨੇ ਆ, ਇਹਦੇ ਕਿੰਨੇ ਕਰਨੇ, ਸਾਰਾ ਕੁਝ ਇਹਨਾਂ ਦੀ ਮਰਜ਼ੀ ਹੁੰਦੀ ਆ। ਜਦੋਂ ਆਪਣੇ ਰਿਜ਼ਲਟ ਇਹ ਆਪ ਡਿਸਾਈਡ ਕਰਦੇ, ਫਿਰ ਸਾਡੀ ਕੰਪੀਟੀਸ਼ਨ ਦੀ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ ਨਾ। ਕੰਪੀਟੀਸ਼ਨ ਤਾਂ ਉੱਥੇ ਹੋਵੇ ਜਿੱਥੇ ਬੰਦੇ ਬਰਾਬਰ ਆ, ਸਾਰਾ ਕੁਝ ਬਰਾਬਰ ਆ, ਹੈ ਨਾ, ਉੱਥੇ ਹੁੰਦਾ ਕੰਪੀਟੀਸ਼ਨ। ਸਾਡੇ ਰਿਜ਼ਲਟ ਪਹਿਲਾਂ ਦੱਸ ਦਿੰਦੇ ਇੰਨੇ 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 ਇੰਨੇ, ਆਪਣੀ ਮਰਜ਼ੀ ਹੁੰਦੀ ਆ। ਬਾਕੀ ਬਾਈ ਫੋਨ ਫਾਨ ਆ ਜਿਹੜਾ ਤੂੰ ਕਰਾਉਣਾ ਹੈ ਨਾ, ਆਪਣਾ ਐਵੇਂ ਲੋਕਾਂ ਮੂਹਰੇ ਸੱਚਾ ਬਣੀ ਜਾਂਦਾ, ਤੈਨੂੰ ਕਿਸੇ ਨੇ ਫੋਨ ਪਤਾ ਨਹੀਂ ਕੀ ਕੀਤਾ ਕਿਤੇ, ਮੈਂ ਤੈਨੂੰ ਸੱਚ ਦੱਸ ਰਿਹਾ, ਤੂੰ ਫੋਨ ਜਿਹੜਾ ਤੇਰੇ ਆਪਣੇ ਬੁੜੇ ਤੋਂ ਕਰਾ ਰਿਹਾ ਨਾ ਫੋਨ, ਉਹਨੂੰ ਦੱਸ ਦੇ, ਉੱਦਾਂ ਉਹਨੇ ਵੀ ਦੇਖ ਹੀ ਲੈਣੀ ਆ ਵੀਡੀਓ, ਕੋਈ ਚੱਕਰ ਨਹੀਂ। ਸਸਕੈਚੁਆਨ ਰਹਿੰਦਾ ਮੈਂ ਬਾਰ ਬਾਰ, ਕਦੀ ਉਹਨੂੰ ਕਦੀ ਉਹਨੂੰ ਕਦੀ ਉਹਨੂੰ ਫੋਨ ਕਰਕੇ ਕੀ ਕਰੀ ਜਾਂਦੇ ਆ, ਇੱਥੇ ਆਓ ਸਿੱਧਾ, ਪਤਾ ਲੱਗ ਜਾਊ ਤੁਹਾਨੂੰ, ਹੈ ਨਾ। ਬਾਕੀ ਜੇ ਹੋਰ ਕੋਈ ਤੈਨੂੰ ਵੀ ਗੱਲਬਾਤ ਆ, ਉਸਤਾਦ ਦੇ ਪਿੰਡ ਜਾਇਆ ਮਾਨ ਦੇ, ਉਹਦੀ ਰਿਸਪੈਕਟ ਕਰਦੇ ਆ ਬਾਈ, ਗੋਡਫਾਦਰ ਵਾਲੀ ਕੋਈ ਗੱਲ ਨਹੀਂ ਆ ਬਾਈ। ਇੰਨੇ ਚਿਰਾਂ ਤੋਂ ਕੋਈ ਬੰਦਾ 25 ਸਾਲ ਤੋਂ ਵਧੀਆ ਕੰਮ ਕਰ ਰਿਹਾ ਆ, ਟੋਪ ਦੇ ਸਿਰੇ ਦੇ ਗਾਣੇ ਇੰਡਸਟਰੀ ਨੂੰ ਦਿੱਤੇ ਆ, ਬੋਲੀਵੁੱਡ 'ਚ ਕਿੱਦਾਂ ਕਿੱਦਾਂ ਦੇ ਗਾਣੇ ਦਿੱਤੇ, ਉਹਦੀ ਰਿਸਪੈਕਟ ਕਰਦੇ ਹਾਂ। ਗੋਡਫਾਦਰ ਤਾਂ ਸਾਡਾ ਨੈਗੇਟਿਵ ਗੱਲ ਕੋਈ ਵੀ ਦਿਖਾਉਣੀ, ਕੋਈ ਕੁਛ ਵੀ ਇੱਦਾਂ ਨਹੀਂ ਹੁੰਦਾ। ਜਿੱਦਾਂ ਜਸਵਿੰਦਰ ਬਰਾਟੇ ਦੀ ਆਈਡਲ ਆ, ਤੂੰ ਉਹਨੂੰ ਸੁਣਦਾ ਆ, ਇੱਦਾਂ ਉਸਤਾਦ ਨੂੰ ਸੁਣਦੇ ਹਾਂ ਅਸੀਂ ਸਾਰੇ, ਛੋਟੇ ਹੁੰਦੇ ਸੁਣਦੇ ਹਾਂ, ਸਾਰੇ ਸੁਣਦੇ ਹਾਂ, ਸਾਰਾ ਸਾਰੇ ਪਤਾ ਨਹੀਂ ਕਿੰਨੀ ਦੁਨੀਆ ਸੁਣਦੀ ਹੋਰ। ਸੋ ਸੋਚ ਸਮਝ ਕੇ ਬੋਲੀ ਦਾ ਹੁੰਦਾ ਜਿਹਦੇ ਬਾਰੇ ਬੋਲਣਾ, ਅਸੀਂ ਤੇਰੇ ਬਾਰੇ ਬੋਲਦੇ ਹਾਂ, ਸਾਡੇ ਬਾਰੇ ਬੋਲ, ਮੇਰੇ ਨਾਲ ਬੋਲ ਆ ਜਾ, ਸਾਡੇ ਨਾਲ ਤਾਂ ਸਾਡੀ ਗੱਲ ਹੀ ਹੋਰ ਕੱਢ ਦੇਣਾ। ਜਿਹੜਾ ਬੰਦਾ ਮੈਂ ਤਾਂ ਗੱਲ ਕਰਦਾ ਸੀ ਉਸਤਾਦ ਦੀ, ਬਾਈ ਦੀ, ਬੱਬੂ ਮਾਨ ਦੀ, ਉਹ ਦਿਹਾੜੀਦਾਰ ਬੰਦੇ ਨੂੰ ਯਾਰ ਸਿੰਗਿੰਗ 'ਚ ਲੈ ਆਉਂਦਾ, ਇੱਥੇ ਤੱਕ ਲੈ ਆਉਂਦਾ ਯਾਰ। ਜਿਹੜਾ ਬੰਦਾ ਮਾੜੇ ਬੰਦੇ ਦੀ ਹੈਲਪ ਕਰਦਾ ਯਾਰ, ਉਹਨੂੰ ਤੁਸੀਂ ਕਿਉਂ ਮਾੜਾ ਕਹਿੰਦੇ ਆ? ਅਤੇ ਜਿਹੜੇ ਬੰਦੇ ਤੇਰੇ ਵਰਗੇ ਸਾਡੇ ਵਰਗਿਆਂ ਨੂੰ ਪੁਸ਼ ਕਰਦੇ, ਟਰਾਈ ਕਰਦੇ ਆ ਵੀ ਇਹ ਵੀ ਸਲਾਹ, ਪੰਜਾਬੀ ਵਿੱਚ ਕੰਪੀਟੀਸ਼ਨ ਆ ਰਿਹਾ ਕਿਸੇ ਤਰ੍ਹਾਂ ਚੱਲੇ ਨਾ, ਈਗੋ ਜਿਹਨਾਂ ਵਿੱਚ, ਉਹ ਸੱਚ ਮੰਨ ਲਈਏ, ਬਾਕੀ ਸਾਰੇ ਬੰਦੇ ਝੂਠ ਹੋ ਗਏ। ਕੋਈ ਚੱਕਰ ਨਹੀਂ ਬਾਈ, ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ, ਜੋ ਮਰਜ਼ੀ ਕਰ ਲੈਣ ਦਿਓ, ਪਤਾ ਲੱਗ ਜਾਣਾ, ਕਲਮ ਦੇ ਮੁਕਾਬਲੇ ਵੀ ਪਤਾ ਲੱਗ ਜਾਣੇ, ਹੋਰ ਮੁਕਾਬਲੇ ਵੀ ਸਾਰੇ ਪਤਾ ਲੱਗ ਜਾਣੇ ਇਹਨਾਂ ਨੂੰ, ਸਾਰੇ ਮੁਕਾਬਲੇ ਇਹਨਾਂ ਨੂੰ ਪਤਾ ਲੱਗ ਜਾਣੇ। ਹੋਰ ਠੀਕ ਠਾਕ ਹੈ ਬਾਈ? ਚਲੋ ਠੀਕ ਹੈ ਯਾਰ, ਰੱਖੀਏ ਆਪਾਂ ਬਸ। ਬਾਈ ਦਾ ਆਪਣੇ ਲੰਡੇ ਦਾ ਬਰਥਡੇ ਆ, ਮੈਂ ਉਹਨੂੰ ਹੈਪੀ ਬਰਥਡੇ ਕਹਿ ਦਿੰਦਾ, ਹੈਪੀ ਬਰਥਡੇ ਲੰਡੇ ਨੂੰ, ਹਰੀਕੇ ਵਾਲਿਆਂ ਨੂੰ, ਬਸ ਜੀ ਬਰਥਡੇ ਸੈਲੀਬ੍ਰੇਟ ਕਰਨਾ ਹੁਣ, ਅਤੇ ਕੋਈ ਚੱਕਰ ਨਹੀਂ, ਇੱਥੇ ਕੁਛ ਵੀ ਕਹਿ ਸਕਦੇ ਹਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਤੁਹਾਡੇ ਉਸਤਾਦ ਵਾਂਗੂ ਲਾਂਕਿਆ ਮੋਹਿਆਂ ਦੇ, ਹੈ ਨਾ। ਸਾਲਾ ਜਿੱਦਾਂ ਕੁੱਟ ਕੇ ਬਿਠਾਇਆ, ਉਹਦਾ ਕੁੱਟ ਕੇ ਬਿਠਾਇਆ ਨਾ, ਬੱਬੂ ਮਾਨ ਨੂੰ ਮਾੜਾ ਤੈਨੂੰ ਕੁੱਟ ਕੇ ਬੁਲਵਾਇਆ ਨਾ, ਜਿੱਥੋਂ ਆਪਦਾ ਦਿਲ ਨਹੀਂ ਸੀ ਤੇਰਾ, ਕੋਈ ਚੱਕਰ ਨਹੀਂ। ਹੋਰ ਥਿਆੜੇ ਕਾਇਮ ਆ, ਹੋਰ ਬਾਈ ਕਾਇਮ ਆ ਸਾਰੇ, ਚਲੋ ਠੀਕ ਆ ਬਾਈ।